स्वागत है जी ਤੁਹਾਡਾ ਸਾਡੇ ਚੈਨਲ ਦੇ ਵਿੱਚ। ਤੇ ਚਲੋ ਜੀ ਪੇਸ਼ਕਸ਼ ਕਰਦੇ ਹਾਂ ਚੁਟਕਲੇ। ਇਹ ਅਧਿਆਪਕ ਦੇ ਵਿਦਿਆਰਥੀ ਦੇ ਵਿਚਲੀ ਵਾਰਤਾਲਾਪ ਆ। ਪੇਸ਼ ਕਰਦੇ ਤੁਹਾਡੇ ਸਾਹਮਣੇ ਅਧਿਆਪਕ, ਤੂੰ ਦੇਰੀ ਨਾਲ ਸਕੂਲ ਕਿਉਂ ਆਇਆ? ਵਿਦਿਆਰਥੀ ਕਹਿੰਦਾ, ਮੇਰੇ ਬੇਬੇ ਦੇ ਬਾਪੂ ਜੀ ਵਿਚਕਾਰ ਲੜਾਈ ਹੋ ਰਹੀ ਸੀ। ਅਧਿਆਪਕ ਗੁੱਸੇ 'ਚ, ਅੱਛਾ ਜੇ ਉਹ ਦੋਵੇਂ ਲੜ ਰਹੇ ਸੀ ਤਾਂ ਤੂੰ ਦੇਰੀ ਨਾਲ ਸਕੂਲ ਕਿਉਂ ਆਇਆ? ਵਿਦਿਆਰਥੀ ਕਹਿੰਦਾ ਜੀ, ਕਿਉਂਕਿ ਮੇਰੇ ਇੱਕ ਬੂਟ ਮੇਰੇ ਬੇਬੇ ਦੇ ਹੱਥ 'ਚ ਸੀ ਅਤੇ ਦੂਜਾ ਬਾਪੂ ਦੇ ਹੱਥ 'ਚ ਸੀ। ਜੋ ਇੱਕ ਚੋਰ ਫੜਨ ਵਾਲੀ ਮਸ਼ੀਨ ਤਿਆਰ ਹੋਈ। ਯੂਕੇ ਨੇ ਮਸ਼ੀਨ ਨਾਲ ਇੱਕ ਦਿਨ 'ਚ 90 ਚੋਰ ਫੜੇ। ਕਨੇਡਾ ਨੇ 80, ਜਪਾਨ ਨੇ 60, ਪਾਕਿਸਤਾਨ ਨੇ 50 ਅਤੇ ਪੰਜਾਬ 'ਚ 1 ਘੰਟੇ 'ਚ ਮਸ਼ੀਨ ਇਹ ਚੋਰੀ ਹੋ ਗਈ। ਬੋਲੋ ਭਾਰਤ ਮਾਤਾ ਦੀ ਜੈ। ਪਾਪਾ ਪਾਪਾ ਕਹਿੰਦਾ, ਬੇਟਾ ਅੱਜ ਤੇਰੀ ਮੰਮੀ ਚੁੱਪ ਚੁੱਪ ਕਿਉਂ ਹੈ? ਬੇਟਾ ਕਹਿੰਦਾ ਜੀ, ਮੇਰੀ ਗਲਤੀ ਨਾਲ। ਪਾਪਾ ਪਾਪਾ ਕਹਿੰਦਾ, ਨਲਾਇਕ ਤੂੰ ਇਹੋ ਜਿਹਾ ਕੀ ਕੀਤਾ? ਬੇਟਾ, ਮੰਮੀ ਨੇ ਲਿਪਸਟਿਕ ਮੰਗੀ ਸੀ, ਮੈਂ ਗਲਤੀ ਨਾਲ ਫੈਵਿਸਟਿਕ ਦੇ ਦਿੱਤੀ। ਪਾਪਾ, ਜੁਗ ਜੁਗ ਜੀਓ ਬੇਟਾ, ਇਹੋ ਜਿਹਾ ਲਾਲ ਰੱਬ ਸਭ ਨੂੰ ਦੇਵੇ। ਘਰ ਵਾਲੀ, ਸੁਣੋ ਮੈਂ ਕਿਹਾ ਉੱਠੋ ਜੀ, ਮੈਂ ਰੋਟੀ ਬਣਾਉਣ ਲੱਗੀ ਹਾਂ। ਘਰ ਵਾਲਾ, ਫਿਰ ਮੈਂ ਕਿਹੜਾ ਤਵੇ 'ਤੇ ਸੁੱਤਾ ਪਿਆ ਆ? ਆਹ ਦੇਖੋ ਜੀ, ਮੰਗਣੀ ਹੋਣ ਲੱਗਦੀ ਅਤੇ ਮੁੰਡਾ ਕਹਿੰਦਾ, ਮੈਂ ਇਸ ਦਿਨ ਦਾ ਬਰਿਆਂ ਤੋਂ ਇੰਤਜ਼ਾਰ ਕਰ ਰਿਹਾ ਸੀ। ਕੁੜੀ ਕਹਿੰਦੀ, ਕੀ ਮੈਂ ਹੁਣ ਘਰ ਹੀ ਆਵਾਂ? ਮੁੰਡਾ, ਨਹੀਂ ਕਦੇ ਨਹੀਂ। ਕੁੜੀ ਕਹਿੰਦੀ ਜੀ, ਕੀ ਤੁਸੀਂ ਮੈਨੂੰ ਪਿਆਰ ਕਰਦੇ ਹੋ? ਮੁੰਡਾ ਕਹਿੰਦਾ ਜੀ, ਮੈਂ ਪਹਿਲਾਂ ਵੀ ਕਰਦਾ ਸੀ, ਹੱਲੇ ਵੀ ਕਰਦਾ ਹਾਂ ਅਤੇ ਅੱਗੇ ਵੀ ਕਰਦਾ ਰਹਾਂਗਾ। ਕੁੜੀ, ਕੀ ਤੁਸੀਂ ਮੈਨੂੰ ਧੋਖਾ ਦਿਓਗੇ? ਮੁੰਡਾ ਕਹਿੰਦਾ ਜੀ, ਨਹੀਂ ਮੈਂ ਇਸ ਦੀ ਬਜਾਏ ਮਰ ਜਾਣਾ ਪਸੰਦ ਕਰਾਂਗਾ। ਕੁੜੀ, ਕੀ ਤੁਸੀਂ ਮੈਨੂੰ ਹਮੇਸ਼ਾ ਪਿਆਰ ਕਰੋਗੇ? ਮੁੰਡਾ, ਬਿਲਕੁਲ ਹਮੇਸ਼ਾ। ਕੁੜੀ, ਕੀ ਤੁਸੀਂ ਮੇਰੇ 'ਤੇ ਹੱਥ ਚੁੱਕੋਗੇ? ਮੁੰਡਾ ਕਹਿੰਦਾ ਜੀ, ਨਹੀਂ ਮੈਂ ਇਹੋ ਜਿਹਾ ਨਹੀਂ ਹਾਂ। ਕੁੜੀ ਕਹਿੰਦੀ ਜੀ, ਕੀ ਮੈਂ ਤੁਹਾਡੇ 'ਤੇ ਭਰੋਸਾ ਕਰ ਸਕਦੀ ਹਾਂ? ਮੁੰਡਾ ਕਹਿੰਦਾ ਜੀ, ਹਾਂ। ਕੁੜੀ ਕਹਿੰਦੀ, ਉਹ ਡਾਰਲਿੰਗ, ਮੰਗਣੀ ਤੋਂ 5 ਸਾਲ ਬਾਅਦ ਇਸ ਨੂੰ ਹੇਠਾਂ ਤੋਂ ਉੱਪਰ ਵੱਲ ਨੂੰ ਪੜ੍ਹੋ। ਇਹ ਵੀ ਤੁਹਾਨੂੰ ਪੜ੍ਹ ਕੇ ਸੁਣਾ ਦਿੰਦੇ ਹਾਂ। ਕੁੜੀ ਕਹਿੰਦੀ, ਉਹ ਡਾਰਲਿੰਗ, ਮੁੰਡਾ ਕਹਿੰਦਾ ਹਾਂ। ਕੁੜੀ ਕਹਿੰਦੀ, ਕੀ ਮੈਂ ਤੁਹਾਡੇ 'ਤੇ ਭਰੋਸਾ ਕਰ ਸਕਦੀ ਹਾਂ? ਮੁੰਡਾ ਕਹਿੰਦਾ, ਨਹੀਂ ਮੈਂ ਇਹੋ ਜਿਹਾ ਨਹੀਂ ਹਾਂ। ਅੱਗੇ ਕੁੜੀ ਕਹਿੰਦੀ, ਕੀ ਤੁਸੀਂ ਮੇਰੇ 'ਤੇ ਹੱਥ ਚੁੱਕੋਗੇ? ਮੁੰਡਾ ਕਹਿੰਦਾ ਜੀ, ਬਿਲਕੁਲ ਹਮੇਸ਼ਾ। ਕੁੜੀ ਕਹਿੰਦੀ, ਕੀ ਤੁਸੀਂ ਮੈਨੂੰ ਹਮੇਸ਼ਾ ਪਿਆਰ ਕਰੇਂਗੀ? ਮੁੰਡਾ ਕਹਿੰਦਾ, ਨਹੀਂ ਮੈਂ ਇਸ ਦੀ ਬਜਾਏ ਮਰ ਜਾਣਾ ਪਸੰਦ ਕਰਾਂਗਾ। ਕੁੜੀ ਕਹਿੰਦੀ, ਕੀ ਤੁਸੀਂ ਮੈਨੂੰ ਧੋਖਾ ਦਿਓਗੇ? ਮੁੰਡਾ ਕਹਿੰਦਾ ਜੀ, ਮੈਂ ਪਹਿਲਾਂ ਵੀ ਕਰਦਾ ਸੀ, ਹੱਲੇ ਵੀ ਕਰਦਾ ਹਾਂ ਅਤੇ ਅੱਗੇ ਵੀ ਕਰਦਾ ਰਹਾਂਗਾ। ਕੁੜੀ ਕਹਿੰਦੀ, ਕੀ ਤੁਸੀਂ ਮੈਨੂੰ ਪਿਆਰ ਕਰਦੇ ਹੋ? ਮੁੰਡਾ ਕਹਿੰਦਾ, ਨਹੀਂ ਕਦੇ ਨਹੀਂ। ਕੁੜੀ ਕਹਿੰਦੀ, ਕੀ ਮੈਂ ਹੁਣ ਕਰ ਜਾਵਾਂ? ਮੁੰਡਾ ਕਹਿੰਦਾ, ਮੈਂ ਇਸ ਦਿਨ ਦਾ ਬਰਿਆਂ ਤੋਂ ਇੰਤਜ਼ਾਰ ਕਰ ਰਿਹਾ ਸੀ। ਜਦੋਂ ਕੋਈ ਕੁੜੀ ਆਪਣੇ BF ਨੂੰ ਆਪਣੀਆਂ ਸਹੇਲੀਆਂ ਨਾਲ ਮਿਲਾਉਂਦੀ ਹੈ, ਹਰ ਸਟੇਟ ਦੀਆਂ ਕੁੜੀਆਂ, ਯਾਰ ਤੇਰਾ BF ਕਿੰਨਾ ਕਿਊਟ ਆ। ਪੰਜਾਬ ਦੀਆਂ ਕੁੜੀਆਂ, ਯਾਰ ਆਪਣੇ BF ਨੂੰ ਕਹਿ ਸਾਨੂੰ ਭੁੱਖ ਲੱਗੀ ਆ। ਜੇ ਸਾਡੇ ਚੁਟਕਲੇ ਸਾਨੂੰ ਵਧੀਆ ਲੱਗੇ, ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਹੋਰ ਇਹੋ ਜਿਹੀਆਂ ਵੀਡੀਓ ਦੇਖਣ ਦੇ ਲਈ ਘੰਟੀ ਨੂੰ ਜ਼ਰੂਰ ਨੱਪ ਦਿਓ। ਚਲੋ ਜੀ, ਚੰਗਾ ਜੀ, ਗੁੱਡ ਬਾਏ, ਅਗਲੀ ਵੀਡੀਓ 'ਚ ਮਿਲਦੇ ਹੈ।